ਪੰਜਾਬ ਦੇ ਲੋਕਾਂ ਨੇ ਤੇ ਖਾਸ ਤੌਰ ਤੇ ਸ਼ਾਹਕੋਟ ਦੇ ਲੋਕਾਂ ਨੇ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੀ ਨੀਤੀਆਂ ਤੇ ਕੈਪਟਨ ਸਾਹਿਬ ਦੀ ਰਹਿਨੁਮਾਈ 'ਚ ਜਿਸ ਤਰ੍ਹਾਂ ਕਰਜ਼ੇ ਮਾਫੀ ਦਾ ਹੈ, ਪੰਜਾਬ ਦੇ ਅੰਦਰ ਰੂਲ ਆਫ ਲਾਅ ਅਸਟੈਬਲਿਸ਼ ਕੀਤਾ ਹੈ, ਜੰਗਲ ਰਾਜ ਖਤਮ ਕੀਤਾ ਹੈ, ਉਹਨਾਂ ਸਾਰੀ ਨੀਤੀਆਂ ਦੇ ਉੱਤੇ ਇੱਕ ਵਾਰ ਫਿਰ ਤੋਂ ਮੋਹਰ ਲਾਈ ਹੈ ਅਤੇ ਉੱਥੇ ਹੀ ਨਾਲ ਦੀ ਨਾਲ ਅਕਾਲੀ ਦਲ ਨੂੰ ਆਪਣੀ ਜਗ੍ਹਾ ਦੱਸਤੀ, ਕਿਉਂਕਿ ਆਹ ਜਿਹੜੀ ਸੀਟ ਹੈ ਅਕਾਲੀ ਦਲ ਪਿਛਲੇ 20 ਸਾਲ ਤੋਂ ਸ਼ਾਹਕੋਟ 'ਤੇ ਕਾਬਜ਼ ਸੀਗਾ। ਅੱਜ ਇਹਦੇ ਨਾਲ ਨਾਲ ਇੱਕ ਸਵਾਲ ਆਹ ਵੀ ਉੱਠਦਾ ਹੈ ਵੀ ਅਕਾਲੀ ਦਲ ਨੂੰ ਵੀ ਹੁਣ ਦੇਖਣਾ ਪਊਗਾ ਕਿ ਕੀ ਉਹ ਸੁਖਬੀਰ ਬਾਦਲ ਜੀ ਦੀ ਲੀਡਰਸ਼ਿਪ ਨੂੰ ਐਕਸੈਪਟ ਕਰਨਗੇ, ਕਿਉਂਕਿ ਇੱਕ ਤੋਂ ਬਾਅਦ ਚਾਹੇ ਗੁਰਦਾਸਪੁਰ ਸੀਗਾ, ਚਾਹੇ ਅੱਜ ਸ਼ਾਹਕੋਟ ਹੈ, ਚਾਹੇ ਕਾਰਪੋਰੇਸ਼ਨ ਦੇ ਇਲੈਕਸ਼ਨ ਸੀਗੇ ਅਤੇ ਚਾਹੇ ਮਿਊਨਸਪੈਲਿਟੀਜ਼ ਦੇ ਇਲੈਕਸ਼ਨ, ਅਤੇ ਹਰੇਕ ਥਾਂ ਅਕਾਲੀ ਦਲ ਨੂੰ ਇੱਕ ਬਹੁਤ ਹੀ ਨਿਮੋਸ਼ੀ ਦਾ ਮੁਕਾਮ ਦੇਖਣਾ ਪਿਆ ਅਤੇ ਉਹ ਵੀ ਅੱਜ ਸੰਦੇਸ਼ ਲੋਕਾਂ ਨੇ ਦਿੱਤਾ। ਧਵਸਤ ਗੜ੍ਹ ਨਹੀਂ, ਮੈਂ ਸਮਝਦਾ ਅਕਾਲੀ ਦਲ ਦਾ ਅਤੇ ਇਹਨਾਂ ਦੀ ਲੀਡਰਸ਼ਿਪ ਦਾ ਅਹੰਕਾਰ ਧਵਸਤ ਹੋਇਆ।